ਸ਼੍ਰੀ ਅਮਰਪੁਰਾ ਬਸਤੀ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਨੇ। ਲੋਕਾਂ ਨੇ ਬਿਮਾਰੀਆਂ ਫੈਲਣ ਦਾ ਖਦਸ਼ਾ ਜਤਾਇਆ ਹੈ। ਦਰਅਸਲ ਬਠਿੰਡਾ ਦੇ ਅਮਰਪੁਰਾ ਬਸਤੀ ਦੇ ਵਿੱਚ ਰਹਿਣ ਵਾਲੇ ਲੋਕ ਅੱਜ ਕੱਲ੍ਹ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੋਏ ਪਏ ਨੇ। ਘਰਾਂ ਦੇ ਬਾਹਰ, ਗਲੀਆਂ ਦੇ ਵਿੱਚ, ਮੁਹੱਲੇ ਦੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ। ਲੋਕਾਂ ਦੇ ਮੁਤਾਬਕ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਚੱਲੀ ਆ ਰਹੀ ਇਸ ਸਮੱਸਿਆ ਤੋਂ ਕਾਫੀ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਾਂ ਹੁਣ ਬਿਮਾਰੀਆਂ ਫੈਲਣ ਦਾ ਖਤਰਾ ਵੀ ਸਤਾਉਣ ਲੱਗ ਪਿਆ ਹੈ। ਦੱਸਣਯੋਗ ਹੈ ਕਿ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਜ਼ਾਹਰ ਕੀਤਾ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਅਮਰਜੀਤ ਆ ਮੇਰਾ ਮੁਹੱਲਾ ਜੀ, ਅਮਰਪੁਰਾ ਬਸਤੀ। ਕੀ ਮਾਮਲਾ, ਕੀ ਅੱਜ ਨੂੰ ਇਕੱਠੇ ਹੋਣ ਦਾ? ਇਕੱਠੇ ਆਏ ਹੋਏ ਆ ਅਸੀਂ, ਪਾਣੀ ਮੰਨਿਓ ਬਹੁਤ ਦੁਖੀ ਆ। 5 ਮਹੀਨੇ ਹੋ ਗਏ ਪਾਣੀ ਡੁੱਲੀ ਜਾਂਦਾ ਤੇ ਕਿਸੇ ਹਿਸਾਬ ਤੇ ਨਹੀਂ ਆਉਂਦਾ, ਨਾ ਸਾਡੀ ਏਮਸੀ ਗੱਲ ਸੁਣਦੇ ਆ। ਕਾਹਦਾ ਪਾਣੀ ਆ ਇਹ? ਪਾਣੀ ਇਹ ਸੀਵਰਾਂ ਦਾ, ਸੀਵਰ ਦਾ ਪਾਣੀ ਬਾਹਰ ਨਿਕਲੀ ਜਾਂਦਾ, ਕਿਸੇ ਪਾਸੇ ਜਾ ਨਹੀਂ ਰਿਹਾ। ਅਸੀਂ ਕੱਪੜੇ ਟੰਗਦੇ ਆ ਤੇ ਸਲਵਾਰਾਂ ਹੱਥਾਂ 'ਚ ਫੜਦੇ ਆ ਕਰਕੇ ਤਾਂ, ਤੇ ਫਿਰ ਅਸੀਂ ਲੰਘਦੇ ਆ ਕਿ ਗੰਦਗੀ ਵਾਲੇ ਪੈਰ ਸਾਡੇ ਅੰਦਰਾਂ ਜਾਂਦੇ ਆ, ਉਵੇਂ ਬਹਿ ਕੇ ਅਸੀਂ ਰੋਟੀ ਪਾਣੀ ਖਾਂਦੇ ਆ। ਅਸੀਂ ਬਹੁਤ, ਏਮਸੀ ਸਾਡੀ ਗੱਲ ਨੀ ਸੁਣ ਰਹੇ, ਵੋਟਾਂ ਵੇ ਸਾਡੇ ਮੂਹਰੇ ਹੱਥ ਬੰਨਦੇ ਆ, ਅਸੀਂ ਵੋਟਾਂ ਪਾ ਚੁੱਕੇ, ਹੁਣ ਸਾਡੀ ਬਾਤ ਵੀ ਨੀ ਪੁੱਛਦੇ। ਕਿੰਨੇ ਕੁ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ? ਕਿੰਨੇ ਕੁ ਸਮੇਂ ਤੋਂ ਬੰਦ ਆ ਇਹ ਸੀਵਰ? ਇਹ ਬੰਦ ਨੂੰ 5 ਮਹੀਨਿਆਂ ਵਾਂਗੂ ਹੋ ਚੱਲਿਆ, ਕਦੇ ਬੰਦ ਹੋ ਗਿਆ, ਫੇਰ ਲੱਗ ਗਿਆ, ਬੰਦ ਹੋ ਗਿਆ। ਅਸੀਂ ਰੇਤਿਆਂ ਦੀਆਂ ਖਾਣੀਆਂ ਬਣਾ ਬਣਾ ਕੇ ਵੀ ਹਟ ਗਏ, ਵੀ ਅਸੀਂ ਕਰਗੇ ਤਾਂ ਕਰਗੇ ਵੀ ਕੀ, ਕਿੱਧਰ ਨੂੰ ਜਾਈਏ ਅਸੀਂ? ਬਿਮਾਰ ਵੀ ਪਏ ਆ ਕਿਦਾਂ? ਹਾਂ, ਬਿਮਾਰ ਵੀ ਪਏ ਆ। ਕਿੰਨੇ ਕੁ ਲੋਕ ਹਸਪਤਾਲਾਂ ਦੇ ਵਿੱਚ ਪਏ ਆ? ਬਹੁਤ ਜ਼ਿਆਦਾ ਪਏ ਆ, ਇੱਕ ਇੱਕ ਘਰ ਦੇ 2-2 ਬੰਦੇ ਆ, ਵੀ ਅਸੀਂ ਕਰਗੇ ਵੀ ਕੀ। ਇਹਦੇ ਨਾਲ ਸਮੈਲ ਵੀ ਬਹੁਤ ਆਉਂਦੀ ਹੋਊਗੀ? ਸਮੈਲ ਬਹੁਤ ਗੰਦੀ ਆਉਂਦੀ ਆ, ਰੋਟੀ ਪਾਣੀ ਨਹੀਂ ਖਾ ਸਕਦੇ, ਇੱਕ ਟਾਈਮ ਖਾਂਦੇ ਆ। ਨਗਰ ਨਿਗਮ ਨੂੰ ਵਿਆਖਿਆ ਸੰਬੰਧੀ ਕੋਈ ਕੀਤੀ ਕੰਪਲੇਂਟ? ਕਮੇਟੀ ਨੂੰ ਕੰਪਲੇਂਟ ਕੀਤੀ? ਕਮੇਟੀ ਨੂੰ ਵੀ ਆਖਿਆ ਹੈਗਾ, ਕੋਈ ਸਾਡੀ ਗੱਲ ਸੁਣ ਨਹੀਂ ਰਿਹਾ, ਕੋਈ ਵੀ ਨਹੀਂ ਸੁਣਦਾ ਸਾਡੀ ਗੱਲ। ਕੋਈ ਆਉਂਦਾ ਜਾਂਦਾ ਰਿਸ਼ਤੇਦਾਰ ਆਇਆ ਹੁੰਦੇ ਆ, ਬਹੁਤ ਜ਼ਿਆਦਾ ਆਖਿਆ ਉਹਨਾਂ ਨੂੰ, ਆਇਆ ਵੀ ਗਰੀਬ ਬਸਤੀ ਆ, ਇਹ ਸਾਡਾ ਕੀ ਕਰ ਲੈਣਗੇ, ਕੀ ਕਰ ਸਕਦੇ ਆ ਇਹ, ਠੀਕ ਹੈ ਨਾ। ਇਹ ਸਿਆਣੇ ਜਿਹੜੇ ਤਕੜੇ ਆ, ਉਹ ਤਾਂ ਹੱਲ ਕਰ ਲੈਂਦੇ ਆ, ਇਹ ਗਰੀਬ ਦੀ ਬਸਤੀ 'ਚ ਕੋਈ ਨਹੀਂ ਆਉਂਦਾ, ਜਦੋਂ ਵੋਟਾਂ ਲੈਣੀਆਂ ਉਦੋਂ ਪੈਰੀ ਡਿੱਗਦੇ ਆ। ਰਿਸ਼ਤੇਦਾਰ ਆਉਂਦਾ ਉਹ ਵੀ ਸੋਚਦਾ ਹੋਊਗਾ, ਹਾਂ ਸੋਚਦੇ ਇਹ ਗੱਲ ਵੀ ਤੁਹਾਡੇ ਏਮਸੀ ਜਾਂ ਤੁਹਾਡੇ ਕਿੱਥੇ ਆ, ਪਰ ਸਾਡੇ ਕੋਈ ਨਹੀਂ ਆਉਂਦਾ ਹੈਗਾ। ਕੀ ਨਾਮ ਤੁਹਾਡਾ? ਬਲਦੇਵ ਕੌਰ। ਕਿਹੜਾ ਮਹੱਲਾ ਜੀ? ਆਹੀ ਅਮਰਪੁਰਾ ਬਸਤੀ। ਕੀ ਮਾਮਲਾ ਹੈ ਜੀ ਇਕੱਠੇ ਹੋ? ਆ ਪਾਣੀ ਦੀ ਸੀਵਰ ਦਾ ਮਾਮਲਾ। ਕਿੰਨੀ ਕੁ ਸਮੱਸਿਆ ਆ ਰਹੀ ਹੈ? ਬਥੇਰੀ ਸਮੱਸਿਆ ਆ ਰਹੀ ਸੀ। ਕਿੰਨੇ ਚਿਰ ਹੋ ਗਿਆ? ਇਹਨੂੰ ਹੋ ਗਏ 5-6 ਮਹੀਨੇ ਹੋ ਗਏ। ਐਮਸੀ ਨੂੰ ਕੋ ਕਹਿ? ਅਸੀਂ ਬਥੇਰਾ ਕਹਿ ਰਹੇ, ਟੈਲੀਫੋਨ ਕਰਕੇ ਵੀ ਜਾ ਬਰੇ ਤੇ ਉਹ ਵੀ ਜਾ ਬਰੇ, ਅਸੀਂ ਕੋਈ ਸੁਣਾਈ ਨਹੀਂ ਹੈਗੀ ਸਾਡੀ। ਫਿਰ ਤਾਂ ਤੁਹਾਡੇ ਆਉਣ ਜਾਣ ਵਾਲਾ ਵੀ ਦੁਖੀ ਹੁੰਦਾ। ਸਾਡੇ ਰਿਸ਼ਤੇਦਾਰ ਨਹੀਂ ਆ ਸਕਦੇ, ਕਿਹਨੂੰ ਦੇ ਦੇ, ਚਾਹ ਪਾਣੀ ਨਹੀਂ ਪੀ ਸਕਦੇ ਅੰਦਰ ਬਹਿ ਕੇ, ਅਸੀਂ ਤਾਂ ਇੰਨੀ ਮੁਸ਼ਕ ਮਾਰਦੀ ਹੈ। ਤੇ ਬੱਚੇ ਕੇ ਬੁੜੇ ਬਜ਼ੁਰਗ ਬਿਮਾਰ ਵੀ ਹੋ ਜਾਂਦੇ? ਹਾਂ, 3-5 ਮਹੀਨੇ ਪਿਆ ਰਿਹਾ ਸਾਡਾ ਬੰਦਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਵੀ ਸਾਡਾ ਸੀਵਰ ਠੀਕ ਕਰੀ ਜਾਣ ਤੇ ਨਾਲੇ ਇਹਨਾਂ ਨੂੰ ਉੱਚਾ ਚੱਕਿਆ ਜਾਵੇ। ਕੀ ਨਾਮ ਹੈ? ਦਿਲਦਾਰ ਸਿੰਘ ਜੀ। ਕਿਹੜਾ ਮਹੱਲਾ? ਅਮਰਪੁਰਾ ਜੀ। ਕੀ ਗੱਲ ਹੋਈ ਅੱਜ ਨਾਰੇਬਾਜ਼ੀ ਕੀਤੀ ਨਗਰ ਨੇ? ਸਰ ਅਸੀਂ ਨਗਰ ਨਿਗਮਾਂ ਨੂੰ ਕਹਿੰਦੇ ਕਿ ਰਾਤ ਨੂੰ ਕੰਪਲੀਟਾ ਦੇ ਥੱਕੇ ਹੀ ਕੋਈ ਨਹੀਂ ਆਉਂਦਾ, ਸੀਵਰ ਬਹੁਤ ਹੀ ਸਾਡਾ ਬੁਰਾ ਹਾਲ ਆ ਜੀ, ਘਰਾਂ ਦੇ ਵਿੱਚ ਗੰਦਾ ਪਾਣੀ ਆ ਜੀ, ਕੋਈ ਰਿਸ਼ਤੇਦਾਰ ਆਉਂਦਾ ਸਾਡਾ ਤਾਂ ਪਰੇਸ਼ਾਨ ਹੁੰਦਾ ਜੀ, ਦੂਰ ਦੂਰ ਖੜਾਉਣਾ ਪੈਂਦਾ, ਸਾਰੀ ਇੱਕ ਘਰ ਦਾ ਵੀ ਕਲਾਉਂਦਾ ਨਹੀਂ। ਤੇ ਫਿਰ ਵਿੱਚ ਦੀ ਕਿਵੇਂ ਲੰਘ ਕੇ ਜਾਂਦੇ ਹੋ? ਵਿੱਚ ਦੀ ਲੰਘ ਕੇ ਨੇ ਗੰਦੇ ਪਾਣੀ ਉਹ ਇੱਕ ਘਰੇ ਵਰਨਾ ਪੈਂਦੇ ਵਿੱਚ, ਨਾ ਇੰਨਾ ਪਾਣੀ ਹੈ ਜੀ, ਘੱਟ ਵਾਸ ਦੀ ਸਪਲਾਈ ਹੈ, ਨਾ ਇਹਦੀ ਸੀਵਰ ਦੀ ਹੈ ਜੀ। ਫਿਰ ਤਾਂ ਪੈਰ ਪੂਰ ਵੀ ਖਰਾਬ ਹੋ ਜਾਂਦੇ ਹੋਣਗੇ ਜੀ, ਬਹੁਤ ਜ਼ਿਆਦਾ ਜੀ ਗੰਦਾ ਪਾਣੀ ਹੈ ਸੀਵਰ ਤੋਂ ਸਿਆਪ ਦੇ। ਐਮਸੀ ਕੋਲੇ ਗਏ ਸੀ? ਐਮਸੀ ਨੂੰ ਬਹੁਤ ਹੀ ਦਰਖਾਸਤਾਂ ਦਿੱਤੀਆਂ ਤੇ ਪਰ ਨਹੀਂ ਐਮਸੀ ਸੁਣਾਈ ਕਰ ਰਹੇ। ਕੀ ਮੰਗ ਕਰਦੇ ਹੋ? ਮੰਗ ਜੀ ਸੀਵਰ ਦੀ ਕਰਦੇ ਨੇ ਜੀ। ਕਿਸ ਤਰ੍ਹਾਂ? ਹਾਂ ਸੀਵਰ ਦੀ ਆਹੀ ਵੀ ਸਾਡਾ ਸੀਵਰ ਸਫਾਈ ਹੋਈ, ਇਹਦੀ ਕੋਈ ਮਹੀਨੇ ਚੱਕਰ ਦੀ ਆਉਣ ਕੱਢੀ ਜੀ ਚੱਕਰ ਕੇ ਆਵੇ, ਕੋਈ ਨਹੀਂ ਆਉਂਦਾ ਜੀ ਇੱਥੇ।